ਸਿੱਧੂ ਮੂਸੇਵਾਲਾ ਨੇ ਇੱਕ ਟਰੈਕਟਰ ਅਤੇ ਦੋ ਇਨਸਾਨਾਂ ਨੂੰ ਅੱਜ ਇੱਕ ਬ੍ਰਾਂਡ ਬਣਾ ਦਿੱਤਾ। ਦੋਸਤੋ, ਆਪਾਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਖੁਦ ਇੱਕ ਬ੍ਰਾਂਡ ਬਣ ਚੁੱਕਿਆ ਅਤੇ ਲੋਕ ਉਹਨਾਂ ਨੂੰ ਫੋਲੋ ਕਰਦੇ ਆ। ਸਿੱਧੂ ਮੂਸੇਵਾਲਾ ਖੁਦ ਆਖਦੇ ਆ ਕਿ ਲੋਕ ਉਹਨਾਂ ਨੂੰ ਹੇਠਾਂ ਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ, ਪਰ ਉਹ ਲੋਕ ਉਹਨਾਂ ਨੂੰ ਹੇਠਾਂ ਕਿਵੇਂ ਲਾ ਸਕਦੇ ਆ? ਉਹਨਾਂ ਦੇ ਤਾਂ ਡੁਪਲੀਕੇਟ ਵੀ ਹਿੱਟ ਹੁੰਦੇ ਆ। ਅਤੇ ਦੋਸਤੋ, ਇਹ ਗੱਲ ਅੱਜ ਸੱਚ ਵੀ ਹੋ ਰਹੀ ਆ। ਸਿੱਧੂ ਮੂਸੇਵਾਲਾ ਦਾ ਗੀਤ ਬੰਬੀਹਾ ਬੋਲੇ ਅੱਜ ਮਿਲੀਅਨ ਦੇ ਵਿੱਚ ਵਿਊ ਲੈ ਚੁੱਕਿਆ। ਇਸ ਗੀਤ ਨੇ ਜਿੱਥੇ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਨੂੰ ਹਿੱਟ ਕੀਤਾ, ਉੱਥੇ ਹੀ ਸਾਡੀ ਇੱਕ ਬਹੁਤ ਪਿਆਰੀ ਅਤੇ ਸੀਨੀਅਰ ਸਿੰਗਰ, ਜਿਨ੍ਹਾਂ ਨੂੰ ਕਿ ਸ਼ਾਇਦ ਅੱਜ ਲੋਕ ਭੁੱਲਦੇ ਜਾਂਦੇ ਆ, ਜਸਵਿੰਦਰ ਬਰਾੜ ਨੂੰ ਵੀ ਫਿਰ ਤੋਂ ਸਟਾਰ ਬਣਾ ਦਿੱਤਾ। ਆਲਮ ਇਹ ਹੈ ਕਿ ਜਸਵਿੰਦਰ ਬਰਾੜ ਦੇ ਪੁਰਾਣੇ ਗੀਤ ਅਤੇ ਲਾਈਵ ਜੋ ਯੂਟਿਊਬ ਦੇ ਉੱਪਰ ਪਏ ਸੀ, ਉਹਨਾਂ ਦੇ ਉੱਪਰ ਅਚਾਨਕ ਮਿਲੀਅਨ ਦੇ ਵਿੱਚ ਵਿਊ ਹੋ ਗਏ ਆ। ਦੋਸਤੋ, ਜੇਕਰ ਤੁਸੀਂ ਸਿੱਧੂ ਮੂਸੇਵਾਲਾ ਦੇ ਫੈਨ ਆ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੇ। ਅਤੇ ਆਪਾਂ ਗੱਲ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਕਿਵੇਂ ਇੱਕ ਖੁਦ ਬ੍ਰਾਂਡ ਆ, ਅਤੇ ਜਿਸਦਾ ਵੀ ਨਾਮ ਆਪਣੇ ਮੂੰਹੋਂ ਲੈ ਦਿੰਦਾ ਉਹ ਵੀ ਬ੍ਰਾਂਡ ਬਣ ਜਾਂਦਾ। ਸੋ ਦੋਸਤੋ, ਬਿਨਾਂ ਟਾਈਮ ਗਵਾਏ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਫੇਵਰੇਟ ਟਰੈਕਟਰ 69, ਜਿਨ੍ਹਾਂ ਨੂੰ ਕਿ ਉਹਨਾਂ ਨੇ ਇੱਕ ਬ੍ਰਾਂਡ ਬਣਾ ਕੇ ਪੇਸ਼ ਕੀਤਾ। ਹਰ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ 69 ਦੀ ਇਸ ਤਰ੍ਹਾਂ ਗੱਲ ਕਰਦੇ ਆ ਕਿ ਲੋਕਾਂ ਦੇ ਵਿੱਚ 69 ਟਰੈਕਟਰ ਦੀ ਲੋਕਪ੍ਰਿਯਤਾ ਵੱਧਦੀ ਜਾਂਦੀ ਆ। ਹਾਲਾਂਕਿ ਟਰੈਕਟਰ ਨੂੰ ਬੰਦ ਹੋਏ ਬਹੁਤ ਟਾਈਮ ਹੋ ਗਿਆ, ਪਰ ਸਿੱਧੂ ਮੂਸੇਵਾਲਾ ਦੇ ਗੀਤ ਸੁਣ ਸੁਣ ਕੇ 69 ਬਾਰੇ ਲੋਕਾਂ ਦੇ ਵਿੱਚ ਇੰਨਾ ਜੋਸ਼ ਹੁੰਦਾ ਕਿ ਉਹਨਾਂ ਦੇ ਵਿੱਚ 69 ਟਰੈਕਟਰ ਨੂੰ ਲੈਣ ਦੀ ਅਤੇ ਚਲਾਉਣ ਦੀ ਇੱਛਾ ਪ੍ਰਗਟ ਹੁੰਦੀ ਆ। ਸਿੱਧੂ ਮੂਸੇਵਾਲਾ ਅਕਸਰ ਆਪਣੇ ਗੀਤਾਂ ਦੇ ਵਿੱਚ 69 ਟਰੈਕਟਰ ਦਾ ਇਸ ਤਰ੍ਹਾਂ ਨਾਮ ਲੈਂਦਾ, ਮੂਸੇਵਾਲਾ ਜੱਟ 69 ਵਰਗਾ ਇਕੱਲਾ ਇੰਡਸਟਰੀ ਨੂੰ ਧੱਕੀ ਫਿਰਦਾ। ਇਸ ਤੋਂ ਇਲਾਵਾ ਆਪਣੇ ਨਵੇਂ ਗੀਤ ਦੇ ਵਿੱਚ ਸਿੱਧੂ ਨੇ ਫਿਰ ਤੋਂ 69 ਟਰੈਕਟਰ ਦਾ ਜ਼ਿਕਰ ਕੀਤਾ, ਜਿਹਨੂੰ ਪਟਦਾ ਜੜ੍ਹਾਂ ਤੋਂ ਪਟਦਾ, ਜਿਹਨੂੰ ਕਹਿੰਦੇ 69 ਨਹੀਂ। ਦੋਸਤੋ, ਦੂਜੇ ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਜਸਵਿੰਦਰ ਬਰਾੜ ਦੀ। ਜਸਵਿੰਦਰ ਬਰਾੜ ਅੱਜ ਸਟਾਰ ਬਣ ਚੁੱਕੀ ਆ ਅਤੇ ਲਗਾਤਾਰ ਇੰਟਰਵਿਊ ਕਰਕੇ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਦਾ ਧੰਨਵਾਦ ਕਰ ਰਹੀ ਆ। ਜਸਵਿੰਦਰ ਬਰਾੜ ਕਹਿੰਦੀ ਹੈ ਕਿ ਲੋਕ ਫੋਰਨ ਕੰਟਰੀ ਤੋਂ ਉਹਨਾਂ ਨੂੰ ਫੋਨ ਕਰ ਰਹੇ ਆ ਅਤੇ ਵਧਾਈਆਂ ਦੇ ਰਹੇ ਆ, ਅਤੇ ਨਾਲ ਹੀ ਕਹਿੰਦੀ ਆ ਕਿ ਇਹ ਸਭ ਕੁਝ ਮੇਰੇ ਭਤੀਜੇ ਸਿੱਧੂ ਮੂਸੇਵਾਲੇ ਕਰਕੇ ਹੋਇਆ, ਕਿਉਂਕਿ ਸਿੱਧੂ ਮੂਸੇਵਾਲਾ ਜਸਵਿੰਦਰ ਬਰਾੜ ਨੂੰ ਭੂਆ ਕਹਿੰਦਾ। ਇਸ ਕਰਕੇ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੀ ਜਸਵਿੰਦਰ ਬਰਾੜ ਥੱਕਦੀ ਨਹੀਂ, ਸੋ ਤਾਰੀਫ ਕਰਨੀ ਬਣਦੀ ਵੀ ਆ, ਕਿਉਂਕਿ ਜਸਵਿੰਦਰ ਬਰਾੜ ਅਤੇ ਹੋਰ ਵਧੀਆ ਸਿੰਗਰਾਂ ਨੂੰ ਅੱਜ ਲੋਕ ਭੁੱਲਦੇ ਜਾ ਰਹੇ ਆ। ਪਰ ਸਿੱਧੂ ਮੂਸੇਵਾਲਾ ਪੁਰਾਣੇ ਸਿੰਗਰਾਂ ਦਾ ਜ਼ਿਕਰ ਆਪਣੇ ਗੀਤਾਂ ਦੇ ਵਿੱਚ ਕਰਕੇ ਉਹਨਾਂ ਨੂੰ ਫਿਰ ਤੋਂ ਸਟਾਰ ਬਣਾ ਰਿਹਾ, ਜੋ ਕਿ ਬਹੁਤ ਵਧੀਆ ਗੱਲ ਆ। ਜਸਵਿੰਦਰ ਬਰਾੜ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਆਪਣੇ ਇੱਕ ਗਾਣੇ ਦੇ ਵਿੱਚ ਲਾਭ ਹੀਰੇ ਦਾ ਜ਼ਿਕਰ ਵੀ ਕਰ ਚੁੱਕਿਆ। ਸੋ ਆਪਾਂ ਸਪਸ਼ਟ ਤੌਰ 'ਤੇ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਆਪਣੇ ਤੋਂ ਸੀਨੀਅਰ ਸਿੰਗਰਾਂ ਨੂੰ ਆਪਣੇ ਗੀਤਾਂ ਰਾਹੀਂ ਇੱਕ ਸਨਮਾਨ ਪੇਸ਼ ਕਰਦੇ ਆ, ਜੋ ਕਿ ਵਧੀਆ ਗੱਲ ਆ। ਉਹਨਾਂ ਦਾ ਇੱਜ਼ਤ ਮਾਣ ਆਪਣੇ ਗੀਤਾਂ ਰਾਹੀਂ ਕਰਦੇ ਰਹਿੰਦੇ ਆ। ਦੋਸਤੋ, ਨੰਬਰ 3 ਦੀ ਗੱਲ ਕਰੀਏ ਤਾਂ ਇੱਕ ਖਿਡਾਰੀ ਦਾ ਜ਼ਿਕਰ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗੀਤ ਦੇ ਵਿੱਚ ਕੀਤਾ ਸੀ, ਬਾਜੀ ਜੰਡ ਦਾ। ਹਾਲਾਂਕਿ ਬਾਜੀ ਜੰਡ ਨੇ ਸਿੱਧੂ ਮੂਸੇਵਾਲਾ ਬਾਰੇ ਪਹਿਲਾਂ ਤਾਂ ਕਾਫੀ ਕੁਝ ਉਲਟ ਬੋਲ ਦਿੱਤਾ ਸੀ, ਪਰ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਬਾਜੀ ਜੰਡ ਸਹਿਮਤ ਹੋ ਗਿਆ। ਪਰ ਬਾਜੀ ਜੰਡ ਨੇ ਸਿੱਧੂ ਮੂਸੇਵਾਲਾ ਨੂੰ ਕੁਝ ਵੀ ਕਿਹਾ ਹੋਵੇ, ਪਰ ਆਪਾਂ ਇਹੀ ਕਹਾਂਗੇ ਕਿ ਜੇਕਰ ਲੋਕ ਬਾਜੀ ਜੰਡ ਨੂੰ ਵੱਡੀ ਗਿਣਤੀ ਦੇ ਵਿੱਚ ਜਾਣਨ ਲੱਗਿਆ ਤਾਂ ਉਸਦਾ ਕ੍ਰੈਡਿਟ ਸਿੱਧੂ ਮੂਸੇਵਾਲਾ ਨੂੰ ਜਾਣਾ ਚਾਹੀਦਾ, ਕਿਉਂਕਿ ਸਿੱਧੂ ਮੂਸੇਵਾਲਾ ਨੇ ਜਿਵੇਂ ਹੀ ਆਪਣੇ ਗੀਤ ਦੇ ਵਿੱਚ ਬਾਜੀ ਜੰਡ ਦਾ ਜ਼ਿਕਰ ਕੀਤਾ, ਬਾਜੀ ਜੰਡ ਦੀ ਇੰਟਰਵਿਊ ਲੈਣ ਵਾਲਿਆਂ ਦੀ ਵੱਡੀ ਗਿਣਤੀ ਉਹਨਾਂ ਦੇ ਘਰ ਪਹੁੰਚਣੀ ਸ਼ੁਰੂ ਹੋ ਗਈ, ਬੱਚਾ ਬੱਚਾ ਬਾਜੀ ਜੰਡ ਨੂੰ ਜਾਣਨ ਲੱਗਿਆ। ਸੋ ਇਹ ਕ੍ਰੈਡਿਟ ਸਿਰਫ ਔਰ ਸਿਰਫ ਆਪਣੇ ਸਿੱਧੂ ਮੂਸੇਵਾਲਾ ਨੂੰ ਜਾਣਾ ਚਾਹੀਦਾ। ਸੋ ਦੋਸਤੋ, ਤੁਸੀਂ ਇੱਕ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਸਿੱਧੂ ਮੂਸੇਵਾਲੇ ਦਾ ਗੀਤ ਬੰਬੀਹਾ ਬੋਲੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ। ਇਸ ਤੋਂ ਇਲਾਵਾ ਸਿੱਧੂ ਦਾ ਕਿਹੜਾ ਗੀਤ ਤੁਹਾਡਾ ਫੇਵਰੇਟ ਆ, ਅਤੇ ਤੁਸੀਂ ਸਿੱਧੂ ਦੇ ਫੈਨ ਹੋ ਜਾਂ ਕਿਸੇ ਹੋਰ ਦੇ ਫੈਨ, ਨੀਚੇ ਕਮੈਂਟ ਜ਼ਰੂਰ ਕਰਨਾ। ਇਸ ਦੇ ਨਾਲ ਸਿੱਧੂ ਮੂਸੇਵਾਲਾ ਦੀ ਸਪੋਰਟ ਵੀ ਹੋਊਗੀ ਅਤੇ ਲੋਕਾਂ ਨੂੰ ਪਤਾ ਵੀ ਲੱਗੂਗਾ ਕਿ ਕਿੰਨੇ ਲੋਕ ਸਿੱਧੂ ਨੂੰ ਪਿਆਰ ਕਰਦੇ ਆ। ਇਸ ਤੋਂ ਇਲਾਵਾ ਮੂਸੇਵਾਲੇ ਦੇ ਫੈਨ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ, ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਥੈਂਕ ਯੂ ਸੋ ਮਚ।